ਪੰਜਾਬ ਸਰਕਾਰ ਖਿਲਾਫ ਤਨਖਾਹਾਂ ਨਾ ਮਿਲਣ ਕਾਰਨ ਸਿਹਤ ਮੁਲਾਜ਼ਮਾਂ ਵਿੱਚ ਭਾਰੀ ਰੋਸ। ਕਿਹਾ ਜੇ ਬਜਟ ਜਾਰੀ ਨਾ ਹੋਇਆ ਤਾਂ 11 ਫਰਵਰੀ ਨੂੰ ਵਿੱਤ ਮੰਤਰੀ ਦੀ ਕੋਠੀ ਦਾ ਕੀਤਾ ਜਾਏਗਾ ਘਰਾਓ। ਅਵਤਾਰ ਸਿੰਘ, ਸਿਹਤ ਵਿਭਾਗ ਵਿੱਚ ਕੰਮ ਕਰਦੇ ਕੁਝ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਪੰਜਾਬ ਸਰਕਾਰ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਸੰਬੰਧੀ ਅੱਜ ਸਿਹਤ ਕਰਮੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ MLAT ਯੂਨੀਅਨ ਤਰਨ ਤਾਰਨ ਦੇ ਆਗੂ ਅਵਤਾਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਕੰਮ ਕਰਦੇ ਕੁਝ ਮੁਲਾਜ਼ਮਾਂ ਨੂੰ ਤਨਖਾਹਾਂ ਮਿਲ ਗਈਆਂ ਹਨ, ਪਰ ਕੁਝ ਮੁਲਾਜ਼ਮਾਂ ਨੂੰ ਬਜਟ ਨਾ ਹੋਣ ਕਾਰਨ ਤਨਖਾਹਾਂ ਨਹੀਂ ਮਿਲ ਰਹੀਆਂ। ਇਸ ਮੌਕੇ ਉਹਨਾਂ ਹੋਰ ਕੀ ਕਿਹਾ, ਤੁਸੀਂ ਆਪ ਮੈਂ ਸੁਣੋ। ਅਵਤਾਰ ਸਿੰਘ, MLT ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੇ ਆਗੂ ਹੋਣ ਦੇ ਨਾਤੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਵਾਂ ਵੀ ਮੁਲਾਜ਼ਮਾਂ ਨੂੰ ਪਿਛਲੇ 2-3 ਮਹੀਨਿਆਂ ਤੋਂ ਸਾਡੇ ਸਿਹਤ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਜਿਹਦੇ ਨਾਲ ਮੁਲਾਜ਼ਮਾਂ ਦਾ ਨਿਰਵਾਹ ਕਰਨਾ ਬੜਾ ਔਖਾ ਹੋ ਰਿਹਾ ਵਾ। ਇਸ ਕਰਕੇ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਤਾਂ ਜੋ ਮੁਲਾਜ਼ਮ ਆਪਣੇ ਆਰਾਮ ਨਾਲ ਡਿਊਟੀ ਵੀ ਕਰਨ ਅਤੇ ਆਪਣੇ ਪਰਿਵਾਰਕ ਜੀਵਨ ਦਾ ਵੀ ਸਹੀ ਨਿਰਵਾਹ ਕਰ ਸਕਣ। ਧਰਨੇ ਬਾਰੇ ਕੀ ਕਿਹਾ? ਧਰਨੇ ਬਾਰੇ ਜਿਹੜਾ ਜੀ ਉਹ ਅਸੀਂ 11 ਫਰਵਰੀ ਨੂੰ ਹਰਪਾਲ ਸਿੰਘ ਚੀਮਾ ਦੀ ਜੇ ਬਜਟ ਨਹੀਂ ਅਲਾਟ ਹੁੰਦਾ ਤਾਂ 11 ਫਰਵਰੀ ਨੂੰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਉਹਨਾਂ ਦੀ ਕੋਠੀ ਗਾੜੀ ਅਸੀਂ ਧਰਨਾ ਰੱਖਿਆ ਹੋਇਆ ਵਾ ਅਤੇ ਅਸੀਂ ਚਾਹੁੰਦੇ ਹਾਂ ਵੀ ਜੇ ਜਲਦੀ ਹੋ ਜਾਵੇ ਤਾਂ ਧਰਨੇ ਨੂੰ ਨਾ ਹੀ ਦਿੱਤਾ ਜਾਵੇ ਕਿਉਂਕਿ ਧਰਨਾ ਦੇਣ ਨਾਲ ਬੜੀ ਖੱਜਲ ਖੁਆਰੀ ਹੁੰਦੀ ਆ ਔਰ ਮੁਲਾਜ਼ਮਾਂ ਦੀ ਵੀ ਖੱਜਲ ਖੁਆਰੀ ਹੁੰਦੀ ਆ ਔਰ ਪੇਸ਼ੈਂਟ ਦੀ ਵੀ ਖੱਜਲ ਖੁਆਰੀ ਹੁੰਦੀ ਆ। ਅਸੀਂ ਨਹੀਂ ਚਾਹੁੰਦੇ ਕੋਈ ਪੇਸ਼ੈਂਟ ਖਰਾਬ ਹੋਵੇ ਸਾਡੀ ਵਜ੍ਹਾ ਕਰਕੇ, ਸਾਡੀ ਬਜਟ ਜਿਹੜਾ ਰਿਲੀਜ਼ ਕਰਕੇ ਸਾਨੂੰ ਟਾਈਮ ਸਿਰ ਤਨਖਾਹਾਂ ਦਿੱਤੀਆਂ ਜਾਣ। ਇਸ ਕਰਕੇ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਤਨਖਾਹਾਂ ਜਲਦੀ ਤੋਂ ਜਲਦੀ ਰਿਲੀਜ਼ ਕੀਤੀਆਂ ਜਾਣ। ਮੈਂ ਵਰਿੰਦਰ ਸਿੰਘ, ਹੈਲਥ ਇੰਸਪੈਕਟਰ PSC ਚੋਹਲਾ ਸਾਹਿਬ। ਅਸੀਂ ਮੁਲਾਜ਼ਮ ਪਿਛਲਿਆਂ 3 ਮਹੀਨਿਆਂ ਤੋਂ ਸਾਨੂੰ ਪੰਜਾਬ ਸਰਕਾਰ ਤਨਖਾਹਾਂ ਨਹੀਂ ਦੇ ਰਹੀ, ਸਾਡੇ ਬੱਚੇ ਫੀਸਾਂ ਤੋਂ ਬਹੁਤ ਪਰੇਸ਼ਾਨ ਆ। ਇਸ ਪੰਜਾਬ ਸਰਕਾਰ ਜਦੋਂ ਆਈ ਇਹਨੇ ਸਾਨੂੰ ਮੁਲਾਜ਼ਮਾਂ ਨੂੰ ਬੜੇ ਸਬਜ਼ ਬਾਗ ਦਿਖਾਏ ਕਿ ਅਸੀਂ ਤੁਹਾਨੂੰ ਇਹ ਦੇਵਾਂਗੇ ਜੇ ਦੇਵਾਂਗੇ, ਪਰ ਦੇ ਸਾਨੂੰ ਆਪਣੀਆਂ ਤਨਖਾਹਾਂ ਨਹੀਂ ਦੇ ਰਹੇ। ਹੁਣ ਅਸੀਂ ਫੈਸਲਾ ਕੀਤਾ ਕਿ 11 ਤਰੀਕ ਨੂੰ ਅਸੀਂ ਸੰਗਰੂਰ ਵਿਖੇ ਵਿੱਤ ਮੰਤਰੀ ਚੀਮਾ ਸਾਹਿਬ ਦੀ ਕੋਠੀ ਦੇ ਅੱਗੇ ਅਸੀਂ ਧਰਨਾ ਦੇਣਾ ਤਾਂ ਕਿ ਸਾਨੂੰ ਤਨਖਾਹਾਂ ਸਮੇਂ ਸਿਰ ਮਿਲਣ, ਜੇ ਲੋੜ ਪਈ ਤਾਂ ਅਸੀਂ ਮੁੱਖ ਮੰਤਰੀ ਪੰਜਾਬ ਦਾ ਵੀ ਘਰਾਓ ਕਰਾਂਗੇ ਔਰ ਆਪਣੇ ਦੁੱਖ ਦਰਦ ਦੱਸਾਂਗੇ। ਮੁਲਾਜ਼ਮ ਵਰਗ ਇਸ ਪੰਜਾਬ ਸਰਕਾਰ ਤੋਂ ਬਹੁਤ ਪਰੇਸ਼ਾਨ ਆ, ਬੜੀ ਇਹ ਤੰਗ ਕਰਦੀ ਆ। ਸਾਨੂੰ ਆਸ ਨਹੀਂ ਸੀ ਕਿ ਇਹ ਸਾਨੂੰ ਇੰਨਾ ਪਰੇਸ਼ਾਨ ਕਰਨਗੇ। ਇਹ ਸਾਡੀਆਂ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵਾ ਜਿਹੜੀਆਂ ਅਸੀਂ ਸਭ ਨੂੰ ਦੱਸ ਰਹੇ ਹਾਂ।